ਤੇ ਉਧਰ ਅਹਿਮਦਗੜ੍ਹ ਨਗਰ ਕੌਂਸਲ ਦੇ ਸਫਾਈ ਕਰਮਚਾਰੀ ਅੱਜ ਚੌਥੇ ਦਿਨ ਵੀ ਕੰਮ ਛੱਡ ਕੇ ਹੜਤਾਲ ਤੇ ਹਨ ਤੇ ਸਫਾਈ ਕਰਮਚਾਰੀਆਂ ਵੱਲੋਂ ਨਗਰ ਕੌਂਸਲ ਦੇ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਪੱਤਰਕਾਰ ਨਾਲ ਗੱਲਬਾਤ ਦੌਰਾਨ ਸਫਾਈ ਕਰਮਚਾਰੀਆਂ ਦੇ ਪ੍ਰਧਾਨ ਚਮਨ ਲਾਲ ਅਤੇ ਰੂਪ ਲਾਲ ਨੇ ਦੱਸਿਆ ਕਿ ਪਿਛਲੇ 12 ਸਾਲਾਂ ਤੋਂ ਸਾਡੇ ਕਰਮਚਾਰੀਆਂ ਨੂੰ ਪੱਕੇ ਨਹੀਂ ਕੀਤਾ ਗਿਆ ਅਤੇ 2011 ਤੋਂ 57 ਦੇ ਕਰੀਬ ਕੱਚੇ ਮੁਲਾਜ਼ਮਾਂ ਦਾ PF ਨਗਰ ਕੌਂਸਲ ਕੱਟ ਰਹੀ ਹੈ, ਪਰ ਇਹ ਸਾਡੇ ਅਕਾਊਂਟ ਵਿੱਚ ਕਿਸੇ ਦਾ ਵੀ ਜਮ੍ਹਾਂ ਨਹੀਂ ਹੋ ਰਿਹਾ ਤੇ ਉਹਨਾਂ ਕਿਹਾ ਕਿ ਨਗਰ ਕੌਂਸਲ ਨੂੰ ਇਸ ਵਾਰ ਪਿਛਲੇ 2-3 ਸਾਲਾਂ ਤੋਂ ਕਹਿ ਰਹੇ ਹਾਂ ਪਰ ਕਿਸੇ ਤਰ੍ਹਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ। ਇਸ ਦੇ ਨਾਲ ਹੀ ਉਹਨਾਂ ਚੇਤਾਵਨੀ ਦਿੰਦਿਆਂ ਕਿਹਾ ਕਿ ਮੰਗਾਂ ਪੂਰੀਆਂ ਨਾ ਹੋਣ ਤੱਕ ਹੜਤਾਲ ਜਾਰੀ ਰਹੇਗੀ। ਇਹ ਸਾਡੀਆਂ ਮੰਗਾਂ ਨੇ ਜੀ, ਜਿਹੜਾ ਸਾਡਾ PF ਆ 57 ਬੰਦਿਆਂ ਦਾ ਬਠਿੰਡੇ ਜਾਂਦਾ, ਉਹਦਾ ਸਾਡੇ ਕੋਲ ਕੋਈ ਹਿਸਾਬ ਕਿਤਾਬ ਨਹੀਂ। ਇਹ ਸਾਨੂੰ ਟਾਈਮ ਦੇਈ ਜਾਂਦੇ ਆ, ਅਸੀਂ ਇਹਨਾਂ ਤੋਂ ਲਈ ਜਾਂਦੇ ਸੀ, ਅੱਕ ਕੇ ਅਸੀਂ ਹੜਤਾਲ ਕੀਤੀ ਆ। ਪਹਿਲਾਂ 72 ਘੰਟੇ ਦਾ ਨੋਟ ਦਿੱਤਾ, ਫਿਰ 48 ਘੰਟੇ ਦਾ ਦਿੱਤਾ, ਫਿਰ 24 ਘੰਟੇ ਦਾ ਦਿੱਤਾ। ਇਹਨਾਂ ਨੇ ਸਾਨੂੰ ਹੁਣ ਤੱਕ ਬੁਲਾ ਕੇ ਕੋਈ ਗੱਲ ਨਹੀਂ ਕੀਤੀ ਸਾਡੇ ਨਾਲ, ਉਦੋਂ ਤੱਕ ਜਾਰੀ ਰੱਖਾਂਗੇ ਜੀ। ਅਸੀਂ ਇੱਦੋਂ ਤੇਜ਼ ਸੰਘਰਸ਼ ਕਰਾਂਗੇ ਜੇ ਸਾਡੀਆਂ ਮੰਗਾਂ ਨਹੀਂ ਪੂਰੀਆਂ ਹੋਣਗੀਆਂ। ਇਹ ਸਾਡੀ ਨਗਰ ਕੌਂਸਲਰ ਦਾ ਜੀ, ਪੰਜਾਬ ਦਾ ਕੋਈ ਨਹੀਂ ਇਹਦੇ 'ਚ ਰੋਲ। ਉਹ DC ਰੇਟ 'ਤੇ ਹੈ ਜੀ, ਉਹ ਪੱਕਿਆਂ ਵਾਂਗੂ ਹੀ ਆ, ਉਹਨਾਂ ਨੂੰ ਹਟਾ ਨਹੀਂ ਸਕਦੇ, ਉਹਨਾਂ ਨੂੰ ਕੱਢ ਨਹੀਂ ਸਕਦੇ। ਇਹ 11-12 ਤੋਂ ਆ ਜੀ, ਇਹ ਜਿਹੜੇ ਸਾਡੇ ਪੈਸੇ ਆ ਜੀ ਗਰੀਬ ਜਨਤਾ ਦੇ, ਇਹਨਾਂ ਦੇ ਹੱਕ ਖਾਤੇ 'ਚ ਪੈਣੇ ਚਾਹੀਦੇ ਆ, ਸਾਨੂੰ ਉਹਨਾਂ ਦਾ ਹਿਸਾਬ ਕਿਤਾਬ ਦੱਸਿਆ ਜਾਣਾ ਚਾਹੀਦਾ। ਇਹ ਸੁਣਦੇ ਹੀ ਨਹੀਂ, ਸਾਡੀ ਕੋਈ ਗੱਲ ਨਹੀਂ ਸੁਣਦੇ। ਨਾ ਇਹਨਾਂ ਨੂੰ 20-20 ਸਾਲ ਹੋ ਗਏ ਕੰਮ ਕਰਦਿਆਂ ਨੂੰ, ਨਾ ਇਹਨਾਂ ਨੂੰ ਕੋਈ ਪੱਕਿਆਂ ਦਾ, ਨਾ ਕੁਛ ਹੋਰ, ਕੰਮ ਸਾਥੋਂ ਦੁੱਗਣਾ ਲੈਂਦੇ ਆ, ਸਾਡੇ ਨਾਲ ਧੱਕਾ ਹੁੰਦਾ। ਸਾਡੇ ਕੋਲ ਜਿੰਨੇ ਵੀ ਮੁਲਾਜ਼ਮ ਕੰਮ ਕਰਦੇ ਨੇ ਕੱਚੇ, 15-15, 16-16 ਸਾਲ ਤੋਂ ਅਸੀਂ ਕੰਮ ਕਰ ਰਹੇ ਹਾਂ। ਅਸੀਂ ਇਹਨਾਂ ਨੂੰ ਕਹਿ ਵੀ ਦਿੱਤਾ ਵੀ ਸਾਨੂੰ ਪੱਕੇ ਕਰੋ, ਦੋ ਮੰਗਾਂ ਨੇ ਸਾਡੀਆਂ, ਕੱਚੇ ਮੁਲਾਜ਼ਮਾਂ EPF ਜਮ੍ਹਾਂ ਕਰਾਓ, ਔਨਲਾਈਨ ਕਰਾਓ, ਅਤੇ ਬਾਕੀ ਜਿਹੜੇ ਕੱਚੇ ਮੁਲਾਜ਼ਮ ਉਹਨਾਂ ਨੂੰ ਪੱਕੇ ਕਰੋ। ਅਸੀਂ ਇਹਨਾਂ ਨੂੰ ਕਿਹਾ ਵੀ ਇਹ ਕਹਿੰਦੇ ਵੀ ਸਾਡੇ ਕੋਲ ਬਜਟ ਨਹੀਂ ਹੈਗਾ, ਸਰਕਾਰ ਵੀ ਸਾਡੇ ਕੋਲ ਬਜਟ ਨਹੀਂ ਹੈਗਾ, ਸਾਡੇ ਕੋਲ 27 ਬੰਦਿਆਂ ਦਾ ਬਜਟ ਹਾਊਸ ਨੇ ਮੰਨਿਆ ਸਾਡੇ ਕੋਲ, ਅਸੀਂ ਇਹ ਦਿੱਤੇ ਨਹੀਂ, ਆਹੀ ਲਿਖ ਕੇ ਦਿੱਤਾ ਸਾਰਾ ਵੀ ਸਾਡੇ 27 ਬੰਦੇ, ਵੀ ਸਾਡੇ ਜਿਹੜੇ 57 ਬੰਦੇ ਉਹਨਾਂ ਨੂੰ ਪੱਕਾ ਕੀਤਾ ਜਾਵੇ ਅਤੇ EPF ਕੱਟ ਕੇ ਸਾਡੇ ਖਾਤਿਆਂ 'ਚ ਪਾਵੇ, ਔਨਲਾਈਨ ਕੀਤਾ ਜਾਵੇ। ਕੋਈ ਨਹੀਂ ਚੱਲ ਕੇ ਆਇਆ, ਸੁਣਵਾਈ ਨਹੀਂ ਹੈਗੀ ਸਾਡੀ, ਚਾਹੇ ਕੋਈ ਵੀ ਹੈ ਜੀ ਹਾਊਸ ਕੋਲ ਵੀ ਸਾਡੀ ਸੁਣਵਾਈ ਨਹੀਂ, ਸਾਡੇ ਜਿਹੜੇ ਅਫਸਰ ਨੇ ਉਹਨਾਂ ਕੋਲ ਵੀ ਸਾਡੀ ਸੁਣਵਾਈ ਕੋਈ ਸੁਣਵਾਈ ਨਹੀਂ। ਅਸੀਂ ਇਹਨਾਂ ਨੂੰ ਕਿਹਾ ਵੀ ਇਹ ਸਾਨੂੰ ਕਹਿੰਦੇ ਹਾਊਸ ਕਹਿੰਦਾ 27 ਬੰਦੇ ਸਾਡੇ ਕੋਲ ਬਜਟ ਹੈ ਜੀ, ਵੀ 27 ਬੰਦੇ ਥੋੜ੍ਹੇ ਅਸੀਂ ਪੱਕੇ ਕਰ ਦਿੰਦੇ ਹਾਂ, 27 ਬੰਦੇ ਸਾਡੇ ਪੱਕੇ ਕਰੋ, 57-27 ਬੰਦੇ ਸਾਡੇ ਪੱਕੇ ਕਰਨ, ਕੁਛ ਤਾਂ ਸਾਨੂੰ ਹੌਸਲਾ ਹੋਵੇ। ਇਹਨਾਂ ਦਾ ਮਸਲਾ ਕੁਛ ਨਹੀਂ ਜੀ, ਇਹ EPF ਵਾਸਤੇ ਕਹਿੰਦੇ ਸਾਡਾ ਪਿਛਲਾ EPF ਜਮ੍ਹਾਂ ਨਹੀਂ ਹੋਇਆ, ਪਰੰਤੂ ਸਾਰਾ ਰਿਕਾਰਡ ਮੇਰੇ ਅਕਾਊਂਟੈਂਟ ਨੇ ਚੈੱਕ ਕੀਤਾ ਹੈਗਾ, ਸਾਰੇ ਐਜ਼ ਪਰ ਰਿਕਾਰਡ ਸਾਰਾ ਹੀ ਇਹਨਾਂ ਦਾ 8 ਜਨਵਰੀ 2011 ਤੋਂ ਅਪ ਟੂ ਡੇਟ ਸਾਰਾ ਕੋਈ ਪੈਂਡਿੰਗ ਨਹੀਂ ਹੈਗਾ। ਇਹਨਾਂ ਨੂੰ ਐਂ ਜੀ ਦੇਖੋ, ਇਹਨਾਂ ਦਾ ਰਿਕਾਰਡ ਇੱਥੇ ਨਾ ਐਕਚੁਲੀ ਕਿਸੇ ਪ੍ਰੋਬਲਮ ਕਰਕੇ, ਟੈਕਨੀਕਲੀ ਪ੍ਰੋਬਲਮ ਕਰਕੇ ਸ਼ੋਅ ਨਹੀਂ ਹੋ ਰਿਹਾ ਉਹਨੇ ਸਾਈਟ 'ਤੇ EPF ਵਾਲਿਆਂ ਦੇ, ਪਰੰਤੂ ਇਹਨਾਂ ਸਾਰਾ ਜਮ੍ਹਾਂ ਹੋ ਚੁੱਕਾ, ਜਿਹੜਾ ਚਲਾਨ ਦੇ ਕਾਪੀਆਂ ਸਾਡੇ ਕੋਲ ਸਾਰੀਆਂ ਪਈਆਂ ਨੇ ਜਮ੍ਹਾਂ ਹੋਈ ਇਹਦੀਆਂ। ਇਹਨਾਂ ਦੇ ਕੁਛ ਬੰਦਿਆਂ ਦੇ ਪਰੂਫ ਵੀ ਸਾਡੇ ਕੋਲ ਨਹੀਂ ਆਏ ਹੈਗੇ, ਉਹ ਪਰੂਫ ਮੈਂ ਮੰਗਵਾ ਰਿਹਾ, ਉਹਦਾ ਸਾਰੀ ਕਲੈਰੀਫਿਕੇਸ਼ਨ ਇਹਨਾਂ ਦੀ ਹੋ ਜਾਵੇ।